हाँ जी, सत श्री अकाल दोस्तों। जिवें कि तुहानू पता है कि अपने कबड्डी खेड जगत का एक स्टार रेडर प्रदीप धवान टंडोली वाला बीते दिन हुए सड़क हादसे विच सट लगन कारण जलंधर के हस्पताल विच दाखिल है, जिथे वीर का इलाज चल रहा है। दोस्तों अज उस वीर का जन्मदिन है, आओ आप रल के मुबारक दीए तो अरदासा करिए कि वीर छेती तो छेती ठीक होवे ते उन्हां ग्राउंडां दा शिंगार बने ते पहला वांग वीर कबड्डियां पावे। दोस्तों लोड़ आपां इस दुख की घड़ी विच वीर नाल मोढ़ा मोढ़े नाल मोढ़ा ला के खड़न दी। आओ आपां वी वीर दा साथ दईए ते जिन्नी हो सकदा है वीर की मदद करिए तां जो वीर पहला वांग ठीक होवे ते आओ अरदासां करिए रल के वीर छेती तो छेती ठीक होवे। ते दोस्तों कुछ दोस्त हस्पताल भी पहुँच रहे ने वीर की मदद लई, तुसीं भी सुणो उहनां की कहा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜੀ ਆਪਾਂ ਲਾਡ ਜੋਲ ਆਸਟ੍ਰੇਲੀਆ ਗੁਰਦਾਸਪੁਰ ਲਾਈਨ ਦੀ ਪੂਰੀ ਟੀਮ ਅਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮਾਝੀ ਨੇ ਮਾਣ ਮੱਤੇ ਪ੍ਰਮੁੱਖ ਨੇ ਜਿਹੜੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਦੇ ਨਾਲ ਖੜ੍ਹਦੇ ਨੇ ਅਤੇ ਅੱਜ ਵੀ ਗੁਰਦਾਸਪੁਰ ਲਾਈਨ ਦੀ ਸਾਰੀ ਟੀਮ ਲਾਡ ਜੋਲ ਅਤੇ ਬਿਨਾਂ ਜਲਦੀ ਮਿਹਾਈਆ ਭਾਜੀ ਜਿਹਨਾਂ ਵੱਲੋਂ 50,000 ਰੁਪਏ ਦੀ ਜਿਹੜੀ ਦਿੱਤੀ ਸਾਡਾ ਸਾਡੇ ਵੀਰ ਪ੍ਰਦੀਪ ਪ੍ਰਧਾਨ ਢੰਡੋਲੀ ਨੂੰ ਦਿੱਤੀ ਗਈ ਹੈ। ਅਤੇ ਭਾਜੀ ਨੇ ਇਹ ਕਿਹਾ ਕਿ ਭਗਵਾਨ ਜੀ ਦਿਲ ਨਹੀਂ ਛੱਡਣਾ, ਤਕੜੇ ਹੋ ਜਾਓ, ਬਾਕੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਅਤੇ ਭਾਜੀ ਕਹਿੰਦਾ ਵੀ ਮੇਰਾ ਨੰਬਰ ਭਗਵਾਨ ਦਿੰਦੇ ਆ ਨਾ, ਸਾਨੂੰ ਸਿੱਧੀ ਕੌਲ ਕਰਨ, ਜੋ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਨਾਲ ਕਰੀਏ। ਅਤੇ ਸਾਡੇ ਨਾਲ ਰਾਣਾ ਟੁੱਟ ਭਾਜੀ ਦਿੱਲੇ ਗਿਰ ਦੁਨੀਆ ਜਿਹੜੇ ਭਤੀਜਾ ਵੀ ਹੈ ਸਿੰਧ ਗਿਰ ਅਤੇ ਨਾਲ ਮੇਰਾ ਵੀ ਲੱਖਾ ਭਗਵਾਨ ਢੰਡੋਲੀਆ ਮਹਾਰਾਜ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਨਾਲ ਭਾਜੀ ਦਾ ਅਤੇ ਇੰਗਲੈਂਡ ਵਾਲੇ ਭਾਜੀ ਦੇ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਇਹਦਾ ਸਾਥ ਦਿੱਤਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੰਗਲੈਂਡ ਦਾ।